ਉਹਨੂੰ 3 ਹਫ਼ਤੇ ਦੀ ਪਰੋਲ ਦੇਣਾ ਮੈਂ ਸਮਝਦਾ ਇਹਦੇ ਪਿੱਛੇ ਬਹੁਤ ਵੱਡੀ ਇੱਕ ਸਾਜ਼ਿਸ਼ ਆ ਔਰ ਇਹ ਪਹਿਲਾਂ ਵੀ ਪੰਜਾਬ ਦਾ ਮਾਹੌਲ ਬਹੁਤ ਵੱਡਾ ਖਰਾਬ ਹੁੰਦਾ ਰਿਹਾ ਔਰ ਹੁਣ ਇਹ ਚਾਣਚੱਕ ਇਹਨੂੰ 3 ਹਫ਼ਤੇ ਦੀ ਜਿਹੜੀ ਪਰੋਲ ਦੇਣੀ ਆ ਇਹ ਅੰਤ ਨਿੰਦਣਯੋਗ ਆ ਦੂਜੇ ਪਾਸੇ ਸਾਡੇ ਜਿਹੜੇ ਮੁੰਡੇ ਬਹੁਤ ਲੰਬੇ ਅਰਸੇ ਤੋਂ ਕੋਈ 36 ਸਾਲ ਦਾ ਅੰਦਰ ਬੈਠਾ ਕੋਈ 37 ਸਾਲ ਦਾ ਅੰਦਰ ਬੈਠਾ ਕੋਈ ਵਿਚਾਰੇ ਪਰੋਲਾਂ ਵੀ ਉਹਨਾਂ ਦੀਆਂ ਐਪਲੀਕੇਸ਼ਨਾਂ ਆ ਉਹ ਰਿਜੈਕਟ ਕੀਤੀਆਂ ਜਾ ਰਹੀਆਂ ਤੇ ਫਿਰ ਇਹਦੇ ਪਿੱਛੇ ਇਹਦੀ ਐਡੀ ਕੀ ਕਾਹਲੀ ਸੀ ਵੀ ਇਹਨੂੰ 3 ਹਫ਼ਤੇ ਦੀ ਪਰੋਲ ਵੀ ਉਹਨਾਂ ਦਿਨਾਂ 'ਚ ਦਿੱਤੀ ਗਈ ਜਦੋਂ ਇਹ ਜਿਹੜੀਆਂ ਚੋਣਾਂ ਦਾ ਮਾਹੌਲ ਚੱਲ ਰਿਹਾ ਸੋ ਇਹਨਾਂ ਦਾ ਸੈਂਟਰ ਸਰਕਾਰ ਤੋਂ ਵੀ ਹਰਿਆਣੇ ਸਰਕਾਰ ਤੋਂ ਵੀ ਮੰਗ